वेलकम बैक मैं मनवीर कौर कल ਆਪਾਂ ਇੱਕ ਵੀਡੀਓ ਰਿਪੋਰਟ ਬਣਾਈ ਸੀ ਡੇਰਾਵਾਦ ਇਨ ਪੰਜਾਬ ਜਿਹਦੇ ਵਿੱਚ ਆਪਾਂ ਡੇਰਾਵਾਦ ਦੇ ਸੋਸ਼ਲ ਡਾਈਮੈਂਸ਼ਨਸ ਤੇ ਗੱਲ ਕੀਤੀ ਸੀ ਉਹ ਇੱਕ ਪਾਰਟ 1 ਸੀ ਉਹਦਾ ਪਾਰਟ 2 ਲੈ ਕੇ ਕਿ ਡੇਰਿਆਂ ਦੇ ਡੇਰਾਵਾਦ ਦੇ ਪੋਲੀਟੀਕਲ ਡਾਈਮੈਂਸ਼ਨ ਕੀ ਨੇ ਉਹਦੇ ਸਿਆਸੀ ਪ੍ਰਭਾਵ ਤੇ ਸਿਆਸੀ ਸਰਪ੍ਰਸਤੀ ਉਹਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਕੁਝ ਕੁ ਤੱਥ ਤੁਹਾਡੇ ਅੱਗੇ ਰੱਖਾਂਗੇ ਕੁਝ ਤਸਵੀਰਾਂ ਕਿ ਕਿੱਥੇ ਕਿੱਥੇ ਕਿਹੜੇ ਡੇਰਿਆਂ ਨੂੰ ਸਿਆਸੀ ਸਰਪ੍ਰਸਤੀ ਮਿਲਦੀ ਰਹੀ ਆ ਪ੍ਰੋਪਗੇਟ ਕੀਤਾ ਗਿਆ ਔਰ ਥੋੜਾ ਜਿਹਾ ਇਤਿਹਾਸਿਕ ਪਰਪੱਖ ਦੇ ਵਿੱਚ ਜਾ ਕੇ ਵੀ ਆਪਾਂ ਦੇਖਾਂਗੇ ਕਿ ਕਿਵੇਂ ਡੇਰਿਆਂ ਨੂੰ ਪਿਛਲੀਆਂ ਸਰਕਾਰਾਂ ਨੇ ਇਨਕਰੇਜ ਕੀਤਾ ਔਰ ਇਨਫੈਕਟ ਉਹਨਾਂ ਨੂੰ ਸਟੈਬਲਿਸ਼ ਕਰਨ ਦੇ ਵਿੱਚ ਵੀ ਉਦਕਾਟਨ ਕਰਨ ਦੇ ਵਿੱਚ ਵੀ ਐਵੇਂ ਸਰਪ੍ਰਸਤੀ ਦਿੱਤੀ ਤਾਂ ਕਿ ਡੇਰਾਵਾਦ ਦਾ ਸਿਆਸੀ ਯੂਜ਼ ਜਿਹੜਾ ਹੈ ਉਹ ਕੀਤਾ ਜਾ ਸਕੇ ਵੋਟ ਬੈਂਕ ਦੀ ਕੰਸੋਲਿਡੇਸ਼ਨ ਕੀਤੀ ਜਾ ਸਕੇ ਸਭ ਤੋਂ ਪਹਿਲੀ ਐਗਜ਼ਾਮਪਲ ਆਪਾਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਪਹਿਲਾਂ ਅੱਪਰ ਕਲਾਸ ਸ਼ਹਿਰੀ ਜਿਹੜੇ ਸੀ ਉਹ Hindu ਸੀ ਜਾਂ Sikh ਸੀ ਜਿਨ੍ਹਾਂ ਦੇ ਕੋਲ ਕੈਪੀਟਲ ਸੀ ਉਹਨਾਂ ਦਾ ਇੱਕ ਕੰਟਰੋਲ ਰਿਲੀਜੀਅਸ ਸਮਾਜਿਕ ਐਂਡ ਰਾਜਨੀਤਿਕ ਢਾਂਚੇ ਦੇ ਉੱਪਰ ਰਿਹਾ ਉਸ ਤੋਂ ਬਾਅਦ ਇੱਕ ਸਮਾਂ ਆਂਦਾ ਹੈ ਜਦੋਂ ਗ੍ਰੀਨ ਰੈਵੋਲੂਸ਼ਨ ਆਂਦਾ ਹੈ ਔਰ ਜਿਹੜੀ ਰੂਰਲ ਕਲਾਸ ਲੋਗ ਨੇ ਐਗਰੀਕਲਚਰ ਵਾਲੇ ਰੂਰਲ ਕਲਾਸ ਜਿਹੜੇ ਜ਼ਿਆਦਾਤਰ ਸਿੱਖ ਸੀਗੇ ਉਹਨਾਂ ਦਾ ਇੱਕ ਨੈਸ਼ਨਲਿਜ਼ਮ ਉਹਨਾਂ ਦੀ ਇੱਕ ਸਟਰਗਲ ਜਿਹੜੀ ਆ ਆਪਣਾ ਆਪਣਾ ਨੈਰੇਟਿਵ ਜਿਹੜਾ ਉੱਭਰਦਾ ਹੈ ਔਰ ਬਾਅਦ ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ 'ਚ ਵੀ ਦਿਖਦਾ ਹੈ ਉਸ ਤੋਂ ਬਾਅਦ ਜਿਹੜਾ ਧਰਮਯੁੱਧ ਮੋਰਚਾ ਹੋਇਆ ਉਹਨਾਂ ਇਕੱਠਾਂ ਦੇ ਵਿੱਚ ਵੀ ਉਹ ਜਿਹੜਾ ਸਿੱਖ ਨੈਸ਼ਨਲਿਜ਼ਮ ਆ ਜਿਹੜਾ ਰੂਰਲ ਐਗਰੀਰੀਅਨ ਕਲਾਸ ਸੀਗੀ ਉਹਨਾਂ ਦਾ ਨਜ਼ਰ ਆਉਂਦਾ ਤੇ ਇਹਦੇ ਵਿੱਚ ਇੱਕ ਸੈਕਸ਼ਨ ਸੀ ਜਿਹੜਾ ਇੱਕ ਐਕਸਕਲੂਡਿਡ ਫੀਲ ਕੀਤਾ ਸਮਾਜਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਐਂਡ ਰਾਜਨੀਤਿਕ ਤੌਰ ਤੇ ਵੀ ਉਹਨਾਂ ਨੂੰ ਐਵੇਂ ਲੱਗਿਆ ਕਿ ਬੇਦਖਲੀ ਬੇਦਖਲੀ ਦੀ ਭਾਵਨਾ ਜਿਹੜੀ ਉਹ ਫੇਸ ਹੋਈ ਉਹ ਸੈਕਸ਼ਨ ਸੀ ਦਲਿਤ ਲੈਂਡਲੈਸ ਦਲਿਤ ਲੇਬਰਰਸ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਸਮਾਜ ਦਾ ਔਰ ਨਾਲ ਹੀ ਜਿਹੜਾ ਛੋਟਾ ਕਿਸਾਨ ਸੀ ਗ੍ਰੀਨ ਰੈਵੋਲੂਸ਼ਨ ਵੀ ਜਿਆਦਾ ਸਮੇਂ ਤੱਕ ਆਪਣੇ ਬਹੁਤ ਵੱਡੇ ਜਿਹੜੇ ਉਹਦੇ ਪੋਜ਼ਿਟਿਵ ਇਫੈਕਟ ਸੀਗੇ ਉਹ ਕਿਸਾਨਾਂ ਲਈ ਨਜ਼ਰ ਨਹੀਂ ਆਏ ਹੈਗੇ ਉਹ ਬਹੁਤ ਥੋੜੀ ਦੇਰ ਤੱਕ ਹੀ ਕਿਸਾਨਾਂ ਦੇ ਲਈ ਫਾਇਦੇਮੰਦ ਰਿਹਾ ਬਾਅਦ ਵਿੱਚ ਕਿਸਾਨਾਂ ਨੂੰ ਗ੍ਰੀਨ ਰੈਵੋਲੂਸ਼ਨ ਦਾ ਨੁਕਸਾਨ ਜ਼ਿਆਦਾ ਹੋਇਆ ਚਾਹੇ ਅਨਾਜ ਜਿਹੜਾ ਸੀ ਉਹਦੀ ਉਤਪਤੀ ਉਹਦਾ ਜਿਹੜਾ ਭੰਡਾਰ ਸੀ ਉਹ ਬਹੁਤ ਵਧੀਆ ਪਰ ਕਿਸਾਨੀ ਦੀ ਜਿਹੜੀ ਗ੍ਰੋਥ ਸੀਗੀ ਉਹ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ 1980 ਤੱਕ ਆ ਕੇ ਹੀ ਬਹੁਤ ਜ਼ਿਆਦਾ ਘਟ ਚੁੱਕੀ ਸੀ ਉਹਦੇ ਵੀ ਜਿਹੜੇ ਕਾਰਨ ਸੀ ਸੋ ਉਹ ਜਿਹੜਾ ਤਪਕਾ ਸੀ ਜਿਹੜਾ ਜਿਹੜਾ ਇੱਕ ਬਹੁਤ ਵੱਡਾ ਵੋਟ ਸ਼ੀਅਰ ਸੀ ਪੰਜਾਬ ਦਾ ਪੰਜਾਬ ਦੇ ਵਿੱਚ ਬਹੁਤ ਵੱਡੀ ਪੋਪੂਲੇਸ਼ਨ ਦੇ ਵਿੱਚ ਸੀਗਾ ਪਰ ਉਹ ਕਿਸੇ ਵੀ ਨਾ ਹਿੰਦੂ ਨੈਸ਼ਨਲਿਜ਼ਮ ਜਾਂ ਨਾ ਸਿੱਖ ਨੈਸ਼ਨਲਿਜ਼ਮ ਦੇ ਵਿੱਚ ਆਪਣੇ ਆਪ ਨੂੰ ਫਿੱਟ ਨਹੀਂ ਸੀ ਕਰ ਪਾ ਰਿਹਾ ਪੰਜਾਬ ਦੇ ਵਿੱਚ ਕਾਂਗਰਸ ਹਮੇਸ਼ਾ ਹੀ ਡੋਮਿਨੈਂਟ ਰਹੀ ਹੈ ਜ਼ਿਆਦਾਤਰ ਕਾਂਗਰਸ ਡੋਮਿਨੈਂਟ ਰਹੀ ਹੈ ਅੰਟਿਲ ਲੈਸ ਸਟੇਬਿਲਿਟੀ ਅਕਾਲੀ ਸਰਕਾਰਾਂ ਦੀ ਜਦੋਂ ਆਪਰੇਸ਼ਨ ਬਲੂ ਸਟਾਰ ਉਸ ਤੋਂ ਬਾਅਦ ਦੀ ਐਮਰਜੈਂਸੀ ਔਰ ਉਸ ਤੋਂ ਬਾਅਦ ਜਾ ਕੇ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਂਨਾ ਦੇ ਵੇਲੇ ਤੋਂ ਇੱਕ ਇਦਾਂ ਦੀ ਸਰਕਾਰ ਆਪਾਂ ਨੂੰ ਦੇਖਣ ਨੂੰ ਮਿਲੀਆਂ ਅਕਾਲੀ ਦਲ ਦੀਆਂ ਜੋ ਸਟੇਬਲ ਆਪਣੇ 5 ਸਾਲ ਪੂਰੇ ਕਰ ਪਾਈਆਂ ਕਾਂਗਰਸ ਡੋਮੀਨੈਂਸ ਜਾਂ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਫਰੋਮ ਦਾ ਲੈਂਡ ਐਲੀਨੇਸ਼ਨ ਐਕਟ 1901 ਤੋਂ ਲੈ ਕੇ ਦਲਿਤ ਪਾਈਚਾਰੇ ਦਾ ਵੋਟ ਬੈਂਕ ਜਿਹੜਾ ਸੀ ਹਮੇਸ਼ਾ ਉਹਨਾਂ ਦੀ ਸਿੰਪਥੀ ਨੂੰ ਆਪਣੇ ਖਾਤੇ ਦੇ ਵਿੱਚ ਕਾਂਗਰਸ ਦੇ ਖਾਤੇ ਦੇ ਵਿੱਚ ਰੱਖਿਆ ਭਾਰਤ ਦੀ ਵੰਡ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਇੱਕ ਸਿਕਸ ਸਟਰਗਲ ਸ਼ੁਰੂ ਹੁੰਦਾ ਹੈ ਜਿਹਦੇ ਵਿੱਚ ਅਕਾਲੀ ਲੀਡਰਸ਼ਿਪ ਦਾ ਬਹੁਤ ਵੱਡਾ ਪ੍ਰਭਾਵ ਬਹੁਤ ਵੱਡਾ ਅਸਰ ਰਹਿੰਦਾ ਹੈ ਜਿਹਦੇ ਵਿੱਚੋਂ ਪੰਜਾਬੀ ਸੂਬਾ ਨਿਕਲਦਾ ਉਸ ਸਮੇਂ ਤੱਕ 1955 56 57 ਦਾ ਜਿਹੜਾ ਦੌਰ ਸੀ ਉਸ ਸਮੇਂ ਕਾਂਗਰਸ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਬਣ ਗਿਆ ਸੀ ਅਕਾਲੀ ਇਸ ਤੋਂ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਇਕੱਠੇ ਹੋ ਕੇ ਚੋਣਾਂ ਵੀ ਲੜੀਆਂ ਨੇ ਇੱਕ ਸਹਿਮਤੀ ਦੇ ਵਿੱਚ ਵੀ ਆਏ ਨੇ ਪਰ ਫਿਰ ਵੀ ਉਹ ਅਕਾਲੀ ਸੰਘਰਸ਼ ਜਿਹੜਾ ਸੀ ਪੰਜਾਬੀ ਸੂਬਾ ਦੇ ਲਈ ਉਹ ਬਹੁਤ ਜ਼ਿਆਦਾ ਵੱਜ ਚੁੱਕਾ ਸੀ ਬਹੁਤ ਇੰਪੈਕਟਫੁਲ ਸੀ ਜਿਹੜੇ ਅਕਾਲੀ ਲੀਡਰ ਸੀ ਉਹਨਾਂ ਨੂੰ ਟੈਕਲ ਕਰਨ ਦੇ ਲਈ ਕਾਊਂਟਰ ਕਰਨ ਦੇ ਲਈ ਬਹੁਤ ਐਦਾਂ ਦੀਆਂ ਐਵੀਡੈਂਸਸ ਆਪਣੇ ਕੋਲ ਹੈਗੀਆਂ ਨੇ ਜਿੱਥੋਂ ਪਤਾ ਲੱਗਦਾ ਕਿ ਕਿਵੇਂ ਕਾਂਗਰਸ ਦੀਆਂ ਸਰਕਾਰਾਂ ਨੇ ਵੀ ਡੇਰਾਵਾਦ ਨੂੰ ਪ੍ਰਮੋਟ ਕਰਨ ਦੇ ਲਈ ਆਪਣੀ ਵੋਟ ਬੈਂਕ ਨੂੰ ਕਨਸੋਲੀਡੇਟ ਕਰਨ ਦੇ ਲਈ ਔਰ ਅਕਾਲੀ ਦਲ ਦਾ ਮੁਕਾਬਲਾ ਕਰਨ ਦੇ ਲਈ ਡੇਰਿਆਂ ਨੂੰ ਵਰਤਿਆ ਆ ਇਹਦੀਆਂ ਐਗਜ਼ਾਮਪਲਸ ਦੀ ਆਪਾਂ ਪਹਿਲਾਂ ਗੱਲ ਕਰਾਂਗੇ ਦੋ ਐਗਜ਼ਾਮਪਲ ਇੱਥੇ ਵੀ ਦੇਣੀਆਂ ਬਹੁਤ ਜ਼ਰੂਰੀ ਹੈ ਦਲਿਤ ਭਾਈਚਾਰੇ ਨੂੰ ਲੈ ਕੇ ਕਿਉਂਕਿ ਜਿਹੜਾ ਸਿੱਖੀ ਜਮਾ ਸਿੱਖੀਜ਼ਮ ਇੱਕ ਕਾਸਟਲੈਸ ਸੁਸਾਇਟੀ ਦੀ ਕਲਪਨਾ ਕਰਦਾ ਹੈ ਔਰ ਉਦੇ ਹੀ ਜਿਹੜਾ ਸਿੱਖ ਫਲਸਫਾ ਹੈ ਉਹ اسی ਚੀਜ਼ ਨੂੰ ਇੱਕ ਇਕੁਐਲਿਟੇਰੀਅਨ ਸੁਸਾਇਟੀ ਇਕੈਲੀਟੇਰੀਅਨ ਸੁਸਾਇਟੀ ਦੀ ਮੰਗ ਵੱਲ ਨੂੰ ਰੱਖਦਾ ਹੈ ਆਪਣੇ ਕੋਲ ਦੋ ਇਵੈਂਟਸ ਆ ਇੱਕ ਹੈ ਡਾਕਟਰ ਭੀਮrao ਅੰਬੇਦਕਰ ਦੀ ਇਵੈਂਟ ਜਿਹੜੀ 1936 ਦੇ ਅਰਾਊਂਡ ਆ ਜਦੋਂ ਉਹ ਹਿੰਦੂਇਜ਼ਮ ਨੂੰ ਰਿਨਾਊਂਸ ਕਰਕੇ ਇੱਕ ਨਵਾਂ ਧਰਮ ਜੁਆਇਨ ਕਰਨ ਦੀ ਗੱਲ ਕਰਦੇ ਨੇ ਔਰ ਉਹ ਸਿੱਖੀ ਨੂੰ ਵੀ ਦੇਖਦੇ ਨੇ ਔਰ ਇੱਕ ਵਾਰੀ ਅਨਾਊਂਸ ਵੀ ਕਰ ਦਿੰਦੇ ਨੇ ਕਿ ਉਹ ਸਿੱਖੀ ਧਰਮ ਨੂੰ ਜੁਆਇਨ ਕਰਨਗੇ ਪਰ ਇਸ ਤੋਂ ਬਾਅਦ ਇੱਕ ਪਾਵਰ ਸਟਰਗਲ ਵਾਲਾ ਪ੍ਰੋਬਲਮ ਆਂਦੀ ਹੈ ਜਿੱਥੇ ਦੱਸਿਆ ਜਾਂਦਾ ਕਿ ਮਾਸਟਰ ਤਾਰਾ ਸਿੰਘ ਜੋ ਕਾਲੀ ਲੀਡਰਸ਼ਿਪ ਉਸ ਸਮੇਂ ਪ੍ਰਦਾਨ ਸੀਗੀ ਇੱਕ ਬਹੁਤ ਵੱਡਾ ਕਦ ਸੀ ਉਹਨਾਂ ਦਾ ਉਹਨਾਂ ਵੱਲੋਂ ਇੱਕ ਇਨਸਿਕਿਉਰਿਟੀ ਦੀ ਭਾਵਨਾ ਕਿ ਅਗਰ ਅਨਟੱਚੇਬਲਸ ਅਨਟੱਚੇਬਲ ਕਹਣਾ ਗਲਤ ਹੋਊਗਾ ਪਰ ਉਸ ਸਮੇਂ ਦੇ ਮਾਹੌਲ ਨੂੰ ਡਿਸਕ੍ਰਾਈਬ ਕਰਨ ਲਈ ਮੈਂ ਸ਼ਬਦ ਵਰਤਿਆ ਉਹ ਜਿਹੜਾ ਦਲਿਤ ਪਾਈਚਾਰਾ ਅਗਰ ਉਹਨਾਂ ਵਿੱਚਲੇ ਲੀਡਰ ਸਿੱਖੀ ਦੇ ਵਿੱਚ ਮੇਨਸਟ੍ਰੀਮ ਆ ਗਿਆ ਔਰ ਖਾਸ ਤੌਰ ਤੇ ਅੰਬੇਦਕਰ ਵਰਗੇ ਤਾਂ ਜਿਹੜੀ ਅੱਪਰ ਕਲਾਸ ਜਿਹੜੀ ਸਿੱਖ ਲੀਡਰਸ਼ਿਪ ਆ ਉਹਨਾਂ ਦਾ ਪ੍ਰਕਾਸ਼ਟ ਆ ਲੈ ਆਂਦਾ ਫਿਰ ਇੱਕ ਉਹ ਜਿਹੜਾ ਕਨਫਲਿਕਟ ਅਰਾਈਸ ਹੋ ਸਕਦਾ ਔਰ ਮੇਬੀ ਇਨਸਿਕਿਉਰਿਟੀ ਦੀ ਭਾਵਨਾ ਤੋਂ ਡਾਕਟਰ ਅੰਬੇਦਕਰ ਨੂੰ ਇਹਦੇ ਵਿੱਚ ਫਿਰ ਉਹ ਫਰਦਰ ਬੁੱਧਿਜ਼ਮ ਜੁਆਇਨ ਕਰਦੇ ਨੇ ਨਾ ਕਿ ਸਿੱਖਿਜ਼ਮ ਦੂਸਰੀ ਕਟਨਾ ਇਹ ਹੈ ਕਿ ਜਦੋਂ ਭਾਰਤ ਦੀ ਵੰਡ ਵੀ ਹੋ ਗਈ ਵੰਡ ਹੋਣ ਤੋਂ ਬਾਅਦ ਜਦੋਂ ਰਿਜ਼ਰਵੇਸ਼ਨ ਲਾਗੂ ਹੋਣੀ ਸੀ ਤਾਂ ਜਿਹੜੇ ਸਿੱਖ ਪਾਈਚਾਰੀ ਦੇ ਵਿੱਚ ਸ਼ਡਿਊਲ ਕਾਸਟਾਂ ਸੀ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਹਿੱਸਾ ਨਹੀਂ ਸੀ ਬਣਾਇਆ ਗਿਆ ਉਹਦੇ ਲਈ ਮਾਸਟਰ ਤਾਰਾ ਸਿੰਘ 1948 ਦੇ ਵਿੱਚ ਔਰ ਉਸ ਤੋਂ ਬਾਅਦ 1953-54 ਦੇ ਵਿੱਚ ਇੱਕ ਸੰਘਰਸ਼ ਕਰਦੇ ਨੇ ਉਹ ਸੰਘਰਸ਼ ਬਹੁਤ ਛੋਟੇ ਲੈਵਲ ਦਾ ਹੀ ਸੀਗਾ ਪਰ ਉਹਦੇ ਲਈ ਉਹ ਸੰਘਰਸ਼ਕ ਤਰ੍ਹਾਂ ਦੇ ਨਾਲ ਇਸ ਨੈਰੇਟਿਵ ਨੂੰ ਜੋ ਜੋ ਅਸਲ ਦੇ ਵਿੱਚ ਇਕੁਐਲਿਟੇਰੀਅਨ ਨੈਰੇਟਿਵ ਆ ਸਿੱਖ ਧਰਮ ਦਾ ਫਲਸਫੇ ਦੇ ਅਕੋਰਡਿੰਗ ਆ ਉਸ ਦੇ ਵਿਰੁੱਧ ਜਾ ਕੇ ਉਹ ਸੰਘਰਸ਼ ਸੀ ਕਿਉਂਕਿ ਉਹਦੇ ਵਿੱਚ ਇੱਕ ਚੀਜ਼ ਦੀ ਤੈਅ ਹੋ ਗਿਆ ਸੀ ਕਿ ਜਿਹੜੇ ਅਕਾਲੀ ਲੀਡਰ ਆ ਉਹ ਦਲ ਇਟਸ ਨੂੰ ਅਲੱਗ ਹੀ ਰੱਖਣਾ ਚਾਹੁੰਦੇ ਆ ਮਾਸਟਰ ਤਾਰਾ ਸਿੰਘ ਦੀ ਡਿਮਾਂਡ ਸੀ ਕਿ ਜਿੰਨੇ ਵੀ ਸ਼ਡਿਊਲ ਕਾਸਟ ਸਿੱਖ ਧਰਮ ਦੇ ਵਿੱਚ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਆ ਸੋ ਇੱਕ ਤਰ੍ਹਾਂ ਦੇ ਨਾਲ ਪਾੜਾ ਤਾਂ ਇੱਥੇ ਹੀ ਪੈ ਗਿਆ ਕਿ ਜਿਹੜੀ ਪੰਜਾਬ ਆ ਪੰਜਾਬ ਜਿਹੜਾ ਮੈਜੋਰਿਟੀ ਸਿੱਖ ਰਿਲੀਜੀਅਨ ਦੇ ਉੱਤੇ ਬੇਸਡ ਆ ਉਦੇ ਵਿੱਚ ਵੀ ਇਹ ਕਾਸਟਲੈਸ ਨਹੀਂ ਹੈ ਔਰ ਇਹਦੇ ਵਿੱਚ ਵੀ ਸਿੱਖੀ ਦੇ ਵਿੱਚ ਵੀ ਜਾਤਾਂ ਪਾਤਾਂ ਜਿਹੜੀਆਂ ਐਗਜ਼ਿਸਟ ਕਰਦੀਆਂ ਨੇ ਪਹਿਲਾਂ ਸਿਰਫ ਚਾਰ ਕਾਸਟਾਂ ਸੀ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਮਿਲੀ ਸੀ 1953 'ਚ ਦੁਬਾਰਾ ਇੱਕ ਇੱਕ ਆਪਣਾ ਮੋਰਚਾ ਲਾਂਚ ਕਰਨ ਦੀ ਗੱਲ ਕਰਦੇ ਔਰ ਸੈਂਟਰ ਦੀ ਸਰਕਾਰ ਫਿਰ ਬਾਕੀ ਦੀਆਂ ਜਿਹੜੀਆਂ ਕਾਸਟਾਂ ਆ ਸ਼ੈਡਿਊਲ ਕਾਸਟ ਐਂਡ ਬੈਕਵਰਡ ਕਲਾਸਸ ਉਹਨਾਂ ਨੂੰ ਵੀ ਫਿਰ रिजर्वेशन ਦਿੰਦੇ ਆ ਹੁਣ ਇਸ ਸਮੇ ਮੈਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਕਿ ਸਰਦਾਰ ਵੱਲਭ ਭਾਈ ਪਟੇਲ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਸਿੱਖੀ ਆ ਉਹਦੇ ਵਿੱਚ ਤਾਂ ਕਿਤੇ ਵੀ ਜਾਤਾਂ ਪਾਤਾਂ ਵਾਲਾ ਸਟ੍ਰੈਟਾ ਜਿਹੜਾ ਸੋਸ਼ਲ ਸਟ੍ਰੈਟਾ ਆਫ ਕਾਸਟ ਆ ਐਗਜ਼ਿਸਟ ਨਹੀਂ ਕਰਦਾ ਤਾਂ ਇਹ ਜਿਹੜੀ ਮੰਗ ਆ ਰਿਜ਼ਰਵੇਸ਼ਨ ਦੀ ਨਹੀਂ ਹੋਣੀ ਚਾਹੀਦੀ ਪਰ ਬਾਵਜੂਦ ਇਸ ਦੇ ਵੀ ਇੱਕ ਡਿਵੀਜ਼ਨ ਜਿਹੜੀ ਸੀ ਇੱਥੇ ਕ੍ਰੀਏਟ ਕਰ ਦਿੱਤੀ ਗਈ ਕਿ ਸਿੱਖੀਜ਼ਮ ਦੇ ਵਿੱਚ ਵੀ ਜਿਹੜੇ ਸ਼ੈਡਿਊਲ ਕਾਸਟ ਸਿੱਖ ਜਿਹੜੇ ਸੀ ਉਹਨਾਂ ਦਾ ਇੱਕ ਸਟ੍ਰੈਟਾ ਜਿਹੜਾ ਸੀ ਉਹ ਬਣ ਗਿਆ ਇੱਕ ਅਧਿਕਾਰਿਕ ਤੌਰ ਤੇ ਬਣ ਗਿਆ ਜਿਹੜਾ ਸਾਹਮਣੇ ਆਇਆ ਆਪਣੇ ਕਨਸਟੀਟਿਊਸ਼ਨ ਦੀ ਰਿਜ਼ਰਵੇਸ਼ਨ ਜਿਹੜੀ ਪਾਲਿਸੀ ਸੀ ਉਹਨੂੰ ਲੈਣ ਦੇ ਲਈ 1955 ਤੋਂ 60 ਦੇ ਦੌਰਾਨ ਜੋ ਅਕਾਲੀ ਦਲ ਦੀ ਵਾਧਦੀ ਹੋਈ ਤਾਕਤ ਸੀ ਪੰਜਾਬੀ ਸੂਬਾ ਮੂਵਮੈਂਟ ਲਈ ਜਿਹੜਾ ਉਹਨਾਂ ਦਾ ਸੰਘਰਸ਼ ਸੀਗਾ ਉਹਨੂੰ ਕਾਊਂਟਰ ਕਰਨ ਦੇ ਲਈ ਕਾਂਗਰਸ ਦੀ ਸਰਕਾਰ ਦੇ ਪ੍ਰੋਮਿਨੈਂਟ ਕੈਰੇਕਟਰ ਦੋ ਨਾਮ ਇੱਥੇ ਲਵਾਂਗੀ ਗਿਆਨੀ ਜੈਲ ਸਿੰਘ ਔਰ ਮਾਸਟਰ ਗੁਰਬੰਤਾ ਸਿੰਘ ਇਹ ਉਹ ਸ਼ਖਸ ਸੀਗੇ ਇਨਕਲੂਡਿੰਗ ਪ੍ਰਤਾਪ ਸਿੰਘ ਕੈਰੋਂ ਵੀ ਜਿਨ੍ਹਾਂ ਨੇ ਉਸ ਚੀਜ਼ ਨੂੰ ਅਕਾਲੀ ਤਾਕਤ ਨੂੰ ਕਾਊਂਟਰ ਕਰਨ ਦੇ ਲਈ ਧਰਮ ਦੇ ਵਿੱਚੋਂ ਜਾਂ ਦਲਿਤਾ ਨੂੰ ਵਰਤਿਆ ਪ੍ਰਤਾਪ ਸਿੰਘ ਕੈਰੋਂ ਨੇ ਖਾਲਸਾ ਦਲ ਨਾਮ ਦਾ ਇੱਕ ਬਣਾਇਆ ਔਰ ਸਾਤ ਸੰਗਤ ਬੋਰਡ ਵਗੈਰਾ ਬਣਾ ਕੇ ਵੀ ਅਕਾਲੀ ਤਾਕਤ ਨੂੰ ਘਟ ਕਰਨ ਦੇ ਲਈ ਐਸ.ਸੀ.ਪੀ.ਸੀ. ਐਸ.ਸੀ.ਪੀ.ਸੀ. ਇਲੈਕਸ਼ਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਇੰਟਰਫੀਰੈਂਸ ਉਸ ਸਮੇਂ ਕੀਤੀ ਔਰ ਇਸ ਤੋਂ ਬਾਅਦ ਜਿਹੜੀ ਇੱਕ ਬਹੁਤ ਵੱਡੀ ਘਟਨਾ ਜਿਹੜੀ ਆ ਇੱਕ 1957 ਦੇ ਸੈਂਸਸ ਦੀ ਵੀ ਆ ਜਦੋਂ ਉਹ ਸੈਂਸਸ ਦੇ ਵਿੱਚ ਤੱਕੇ ਨਾਲ ਲੋਕਾਂ ਨੂੰ ਇਹ ਚੀਜ਼ ਦੀ ਇੱਕ ਮਹਮ ਚਲਾਈ ਗਈ ਸੀਗੀ ਹਿੰਦੂਵਾਦੀ ਲੀਡਰਸ ਵੱਲੋਂ ਵੀ ਹਿੰਦੀਵਾਦੀ ਲੀਡਰਸ ਵੱਲੋਂ ਵੀ ਔਰ ਕਾਂਗਰਸ ਦੇ ਗਿਆਨੀ ਜ਼ੈਲ ਸਿੰਘ ਹੋਣਾ ਵਰਗੇ ਲੀਡਰਸ ਵੱਲੋਂ ਵੀ ਕਿ ਜਿਹੜਾ ਦਲਿਤ ਪਾਈਚਾਰਾ ਹੈ ਔਰ ਹਿੰਦੂ ਪਾਈਚਾਰਾ ਦੋਨੋਂ ਹੀ اپنی ਜਿਹੜੀ ਭਾਸ਼ਾ ਆ ਪੰਜਾਬੀ ਨਾਲ ਲਿਖਾ ਕੇ ਹਿੰਦੀ ਲਿਖਾਉਣ ਔਰ ਉਸ ਜਿਹੜਾ ਸੈਂਸਸ ਸੀਗਾ ਉਹਦੇ ਤੇ ਕਾਫੀ ਫਿਰ ਬਾਅਦ ਵਿੱਚ ਡਾਟਾ ਜਿਹੜਾ ਸੀ ਉਹ ਗੜਬੜ ਦੇ ਵਿੱਚ ਆਇਆ ਔਰ ਉਹਦੇ ਤੇ ਭਰੋਸੇਯੋਗਤਾ ਬਾਅਦ ਵਿੱਚ ਡਿਵੈਲਪ ਨਹੀਂ ਹੋ ਸਕੀ ਸੋ ਕਾਂਗਰਸ ਨੇ 1957 ਦੇ ਸੈਂਸਸ ਦੇ ਵਿੱਚ ਵੀ ਦਲਿਤਸ ਨੂੰ ਵੰਡਿਆ ਉਹਨਾਂ ਨੇ ਦਲਿਤਸ ਨੂੰ ਜਿਹੜੇ ਪੰਜਾਬੀ ਦਲਿਤ ਸੀ ਜਿਹੜੇ ਪੰਜਾਬੀ ਕਲਚਰ ਦੇ ਵਿੱਚ ਹੀ ਪੰਜਾਬੀ ਬੋਲਦੇ ਸੀ ਉਹਨਾਂ ਨੂੰ ਇਹ ਪ੍ਰੋਗਰਾਮ ਚਲਾਇਆ ਕੈਂਪੇਨ ਚਲਾਈ ਕਿ ਆਪਣੀ ਭਾਸ਼ਾ ਨੂੰ ਹਿੰਦੀ ਲਿਖਾਉਣਾ ਇਸ ਤੋਂ ਇਲਾਵਾ ਇੱਕ ਹੋਰ ਐਗਜ਼ਾਮਪਲ ਇੱਥੇ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹਾਂਗੀ ਉਹ 1957 ਦੇ ਅਰਾਊਂਡ ਦੀ ਹੀ ਦੱਸੀ ਜਾਂਦੀ ਹੈ ਕਿਉਂਕਿ ਜਿਹੜੀ ਦਲਿਤ ਭਾਈਚਾਰਾ ਸੀ ਦਲਿਤ ਭਾਈਚਾਰੇ ਦੇ ਵਿੱਚ ਕੋਈ ਵੀ ਪੋਲੀਟੀਕਲ ਸਪੇਸ ਜਿਹੜੀ ਸੀਗੀ ਉਹਨਾਂ ਦੇ ਕੋਲ ਨਹੀਂ ਸੀ ਉਹਨਾਂ ਦੀ ਕੋਈ ਐਦਾਂ ਦੀ ਪਾਰਟੀ ਨਹੀਂ ਸੀ ਦੋ ਆਤਰ ਮੂਵਮੈਂਟ ਪਹਿਲਾਂ ਚੱਲੀ ਸੀ ਆਜ਼ਾਦੀ ਤੋਂ ਪਹਿਲਾਂ ਪਰ ਉਹ ਚੋਂ ਖੁਸ਼ਜਾਦਾ ਗੇਨ ਨਹੀਂ ਕਰ पाए ਲੇਕਿਨ ਉਸ ਆਤਰ ਮੂਵਮੈਂਟ ਨੂੰ ਬਾਅਦ ਵਿੱਚ ਰਿਵਾਈਵ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਰਿਵਾਈਵਲ ਦੇ ਵਿੱਚੋਂ ਪਾਰਟੀਆਂ ਅਮਰਜ ਹੋਈਆਂ ਰਿਪਬਲਿਕਨ ਪਾਰਟੀ ਪਾਰਟੀ ਆਫ ਇੰਡੀਆ ਜਿਹੜੀ ਬੀ ਆਰ ਅੰਬੇਦਕਰ ਤੋਂ ਬਾਅਦ ਬਣੀ ਜਿਹੜੀ ਨਿਓ ਬੁੱਧਿਸਟ ਸੀ ਇਸ ਤੋਂ ਇਲਾਵਾ ਬੀਐਸਪੀ ਬਾਦ ਵਿੱਚ ਕਾਂਸੀ ਰਾਮ ਆਉਂਦੇ ਨੇ ਇੱਕ ਵੱਡਾ ਯੋਗਦਾਨ ਪਾਉਂਦੇ ਨੇ ਪਰ ਕੋਈ ਜ਼ਿਆਦਾ ਪੋਲੀਟੀਕਲ ਪਾਰਟੀ ਜਿਹੜੀ ਸੀਗੀਆਂ ਦਲਿਤ ਭਾਈਚਾਰੇ ਚੋਂ ਨਿਕਲੀਆਂ ਹੋਈਆਂ ਉਹਨਾਂ ਦੀ ਕੋਈ ਖਾਸ ਸਿਗਨੀਫਿਕੈਂਸ ਜਿਹੜੀ ਉਹ ਪੋਲੀਟੀਕਲੀ ਉਹ ਨਜ਼ਰ ਕਦੀ ਨਹੀਂ ਆਈ ਉਹ ਅੰਡਰ ਅਚੀਵਰ ਹੀ ਰਿਹਾ 1958 ਦੀ ਇਕੱਟਨਾ ਦੱਸੀ ਜਾਂਦੀ ਹੈ ਚੱਕ ਹਕੀਮਾ ਪਿੰਡ ਦੀ ਜਿਸ ਪਿੰਡ ਦੇ ਵਿੱਚ ਪੈਰਲਰ ਪ੍ਰੋਗਰਾਮ ਚਲਾਏ ਗਏ ਪੈਰਲਰ ਪ੍ਰੋਗਰਾਮ ਕਾਂਗਰਸ ਵੱਲੋਂ ਚਲਾਇਆ ਗਿਆ ਇੱਕ ਪਾਸੇ ਪ੍ਰੋਗਰਾਮ ਸੀ ਜਿਹਦੇ ਵਿੱਚ ਜਿਹੜੀ ਨਿਓ ਬੁੱਧਿਜ਼ਮ ਦਾ ਪ੍ਰਚਾਰ ਕਰ ਰਹੀਆਂ ਸੰਸਥਾਵਾਂ ਸੀ ਜਿਨ੍ਹਾਂ ਜਿਹੜੀਆਂ ਬਾਅਦ ਵਿੱਚ ਰਿਪਬਲਿਕਨ ਪਾਰਟੀ ਜਿਹੜੀ ਆ ਉਹ ਬਣਾਉਂਦੇ ਨੇ ਔਰ ਲੋਕਾਂ ਨੂੰ ਬੁੱਧ ਧਰਮ ਦੇ ਵਿੱਚ ਕਨਵਰਟ ਕਰ ਰਹੇ ਸੀ ਜੋ ਭਿਕਸ਼ਾ ਦੇਣਾ ਸਮਥਿੰਗ ਦਕਸ਼ਾ ਦੇਣਾ ਉਹ ਜੋ ਉਹਨਾਂ ਦਾ ਪ੍ਰੋਸੈਸ ਸੀਗਾ ਉਹਦੇ ਵਿੱਚ ਉਸੇ ਹੀ ਪਿੰਡ ਦੇ ਵਿੱਚ ਇੱਕ ਪੈਰਲਰ ਪ੍ਰੋਗਰਾਮ ਕਾਂਗਰਸ ਲੀਡਰਸ ਵੱਲੋਂ ਚਲਾਇਆ ਗਿਆ ਇੱਕ ਕਵਿਤਾ ਪ੍ਰਸਾਰਣ ਜਾਂ ਕਵਿਤਾ ਬੋਲਨ ਵਾਲਾ ਰਿਕਾਈਟੇਸ਼ਨ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਗਿਆਨੀ ਜ਼ੈਲ ਸਿੰਘ, ਪ੍ਰਤਾਪ ਸਿੰਘ ਕਹਿਰੋ ਐਂਡ ਹੋਰ ਕਾਂਗਰਸੀ ਲੀਡਰ ਮਾਸਟਰ ਗੁਰਬੰਤਾ ਸਿੰਘ ਇਹ ਸਭ ਸੀਗੇ ਔਰ ਉਹਦੇ ਵਿੱਚ ਇੱਕ ਵਾਪਸ ਦੇਖ ਸਕਦੇ ਆ ਕਿ ਪੈਰਲਰ ਜਿਹੜਾ ਪ੍ਰੋਗਰਾਮ ਚਲਾਣਾ ਔਰ ਉਹਦੇ ਵਿੱਚੋਂ ਫਿਰ ਅਲਟੀਮੇਟਲੀ ਉੱਥੇ ਮਾਸਟਰ ਗੁਰਬੰਤਾ ਸਿੰਘ ਜੀ ਉਸ ਪਿੰਡ ਦੇ ਵਿੱਚ ਇੱਕ ਰਵਿਦਾਸੀ ਆ ਡੇਰਾ ਸੈਟ ਅਪ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਕੁਝ ਲੀਡਰਸ ਨੂੰ ਦਲਿਤ ਲੀਡਰਸ ਨੂੰ ਅੱਗੇ ਲਿਆ ਕੇ ਇੱਕ ਡੇਰਾ ਜਿਹੜਾ ਆ ਟੂ ਕਾਊਂਟਰ ਦਾ ਨਿਊ ਬੁੱਧਿਜ਼ਮ ਐਂਡ ਟੂ ਕਾਊਂਟਰ ਦਾ ਅਕਾਲੀਜ਼ ਐਜ਼ ਵੈਲ ਉਹ ਡੇਰੇਵਾਦ ਨੂੰ ਉੱਥੇ ਪ੍ਰੋਮੋਸ਼ਨ ਮਿਲਦੀ ਆ ਆਪਾਂ ਦੇਖ ਸਕਦੇ ਆ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਬੁੱਧ ਧਰਮ ਆ ਬੁੱਧ ਧਰਮ ਦੀ ਗਲਤ ਲਾਈਕ ਇੱਕ ਤਰ੍ਹਾਂ ਦੇ ਨਾਲ ਐਵੇਂ ਸਟਾਇਰੀਕਲ ਜਿਹ ਰਿਸਪਾਂਸ ਜਿਹੜਾ ਉਹਨਾਂ ਨੇ ਆਪਣੇ ਕਾਂਗਰਸ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਬੁੱਧ ਧਰਮ ਨੂੰ ਬੁੱਧੂ ਧਰਮ ਸਮਥਿੰਗ ਇਦਾਂ ਦੇ ਸ਼ਬਦ ਜਿਹੜੇ ਵਰਤ ਕੇ ਇਹ ਰਿਕਾਰਡ ਤੇ ਮੌਜੂਦ ਗੱਲਾਂ ਨੇ ਜੋ ਮੈਂ ਤੁਹਾਡੇ ਨਾਲ ਕਰ ਰਹੀ ਹਾਂ ਜੋ ਵੇਰੀਅਸ ਰਿਸਰਚ ਕਰਦੇ ਹੋਏ ਪੜ੍ਹਦੇ ਹੋਏ ਮੇਰੇ ਸਾਹਮਣੇ ਆਈਆਂ ਕਿ ਇਹ ਘਟਨਾ ਚੱਕ ਹਕੀਮਾਂ ਦੀ ਦਿਖਾਉਂਦੀ ਹੈ ਕਿ ਕਿਵੇਂ ਡੇਰਾਵਾਦ ਨੂੰ ਪ੍ਰੋਪਗੇਟ ਕੀਤਾ ਗਿਆ ਜਸਟ ਟੂ ਕਾਊਂਟਰ ਦਾ ਅਕਾਲੀਜ਼ ਐਂਡ ਜਿਹੜੀ ਨਵੀਂ ਉੱਭਰਦੀ ਹੋਈ ਨਿਊ ਬੁੱਧਿਸਟ ਪਾਰਟੀ ਸੀ 1964 ਦਾ ਇੱਕ ਦਲਿਤ ਐਜੀਟੇਸ਼ਨ ਆ ਉਹ ਵੀ ਜਾਣਨਾ ਆਪਣੇ ਲਈ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਵੀ ਇੱਕ ਦਲਿਤ ਆਈਡੈਂਟੀਟੀ ਅਜ਼ਰਸ਼ਨ ਜਿਹੜੀ ਉਹ ਆਪਾਂ ਦੇਖ ਸਕਦੇ ਹਾਂ ਵੀ ਕਿਵੇਂ ਦਲਿਤ ਸੰਘਰਸ਼ ਹੋਇਆ ਦਲਿਤ ਲੀਡਰਾਂ ਨੇ ਅਚੀਵ ਕੀਤਾ ਉਹਨਾਂ ਨੇ ਧਰਨਾ ਲਾਇਆ ਸੈਂਟਰ ਦੇ ਵਿੱਚ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਔਰ ਆਪਣੀਆਂ ਜ਼ਮੀਨਾਂ ਜਿਹੜੀਆਂ ਸੀ ਜਿਹੜੀਆਂ ਮੁਸਲਿਮ ਖਾਲੀ ਕਰਕੇ ਗਏ ਹੋਏ ਸੀਗੇ ਉਹ ਜ਼ਮੀਨਾਂ ਅਲਾਟ ਕਰਾਈਆਂ ਪਰ ਉਹ ਜ਼ਮੀਨਾਂ ਜਿੱਤ ਤਾਂ ਗਏ ਪਰ ਉਹ ਜ਼ਮੀਨਾਂ ਵੀ ਆਮ ਦਲਿਤਾਂ ਤੱਕ ਨਾ ਪਹੁੰਚੀਆਂ ਜੋ ਸ਼ੈਡਿਊਲ ਕਾਸਟ ਐਮਐਲਏ ਸੀ ਜਾਂ ਬਿਊਰੋਕ੍ਰੇਟ ਸੀ ਉਹਨਾਂ ਵੱਲੋਂ ਹੀ ਹੜਾਪੀਆਂ ਗਈਆਂ ਸੋ ਜਾਦਾ ਬਣਦੀ ਸਪੇਸ ਕਹਿਣ ਦਾ ਭਾਵ ਹੈ ਕਿ ਦਲਿਤਸ ਨੂੰ ਕਦੀ ਵੀ ਪੰਜਾਬ ਦੇ ਵਿੱਚ ਮਿਲੀ ਨਹੀਂ ਬਣਦੀ ਸਪੇਸ ਨਾ ਹੀ ਰਿਲੀਜੀਅਸ ਦੇ ਵਿੱਚ ਮਿਲੀ ਕਿਉਂਕਿ ਸੈਪਰੇਟ ਕਰ ਦਿੱਤਾ ਗਿਆ ਰਿਜ਼ਰਵਡ ਕਾਸਟ ਬਣਾ ਦਿੱਤਾ ਗਿਆ ਔਰ ਨਾ ਹੀ ਪੋਲੀਟੀਕਲੀ ਅਗਰ ਆਪਾਂ ਦੇਖੀਏ ਤਾਂ ਦਲਿਤ ਭਾਈਚਾਰੇ ਤੋਂ ਕੋਈ ਬਹੁਤ ਜ਼ਿਆਦਾ ਰੈਪਰੈਜ਼ੈਂਟੇਸ਼ਨ ਪੰਜਾਬ ਦੇ ਵਿੱਚ ਉਹਨਾਂ ਨੂੰ ਮਿਲੀ ਹੋਵੇ ਜਦੋਂ ਉਹਨਾਂ ਦੀ 30 35% ਆਬਾਦੀ ਪੰਜਾਬ ਦੇ ਵਿੱਚ ਹਮੇਸ਼ਾ ਹੀ ਆਲਮੋਸਟ ਐਵੇਂ ਰਹੀ ਹੈ ਇਸ ਤੋਂ ਇਲਾਵਾ ਪਿਛਲੀ ਵੀਡੀਓ ਚ ਆਪਾਂ ਗੱਲ ਕੀਤੀ ਸੀ ਕਈ ਤਰ੍ਹਾਂ ਦੇ ਕਲੈਸ਼ਸ ਹੋਏ ਜਿਹੜੇ ਪਿਆਰਾ ਸਿੰਘ ਪਨੀਾਰੇ ਵਾਲਾ ਤੱਲਨ ਗੁਰਦੁਆਰੇ ਦਾ ਹੋ ਗਿਆ ਨੂਰ ਮਲੀਆ ਡੇਰੇ ਦਾ ਹੋ ਗਿਆ ਇਹ ਸਾਰਿਆਂ ਦੇ ਵਿੱਚ ਜਿਹੜਾ ਦਲਿਤ ਭਾਈਚਾਰੇ ਦਾ ਹੀ ਕਨਫਲਿਕਟ ਉੱਭਰ ਕੇ ਜਿਹੜੀ ਜੱਟ ਡੋਮਿਨੈਂਟ ਕਲਾਸ ਆ ਪੰਜਾਬ ਦੀ ਉਹਨਾਂ ਦੇ ਨਾਲ ਇੱਕ ਸਾਹਮਣੇ ਆਉਂਦਾ ਸੋ ਇਹਦੇ ਵਿੱਚ ਵੀ ਇਹਨੂੰ ਆਪਾਂ ਪੋਲੀਟੀਕਲੀ ਅਗਰ ਦੇਖਣਾ ਹੋਵੇ ਤਾਂ ਦਲਿਤ ਭਾਈਚਾਰੇ ਦਾ ਔਰ ਜਿਹੜੀ ਜੱਟ ਹੈਗੇਮਨੀ ਆ ਇਹਨਾਂ ਦੋਨਾਂ ਦਾ ਕਨਫਲਿਕਟ ਆਪਾਂ ਦੇਖ ਸਕਦੇ ਆ ਬਹੁਤ ਹੋਰ ਵੀ ਇਗਜ਼ੈਂਪਲਸ ਨੇ ਕਿ ਜਿਹੜੀਆਂ ਸਿਆਸੀ ਸਰਪ੍ਰਸਤੀਆਂ ਡੇਰਿਆਂ ਨੂੰ ਮਿਲੀਆਂ ਨੇ ਰਾਈਟ ਫਰਮ ਦ ਵੈਰੀ ਬਿਗਨਿੰਗ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਤੋਂ ਸਟਾਰਟ ਕਰ ਲਈਏ ਪੰਡਿਤ ਜਵਾਲਾਲ ਨਹਿਰੂ ਉਹਨਾਂ ਦੀ ਇੱਕ ਖਾਸ ਪੈਟਰੋਨੇਜ ਨਾਮਤਾਰੀ ਸੈਕਟ ਦੇ ਲਈ ਵੀ ਸਾਹਮਣੇ ਆਉਂਦੀ ਹੈ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਕਹਿਰੋ ਪੰਜਾਬ ਦੇ ਚੀਫ ਮਿਨਿਸਟਰ ਰਹੇ ਨੇ ਉਹਨਾਂ ਵੱਲੋਂ ਵੀ ਸਸੰਗਤ ਬੋਟ ਐਂਡ ਖਾਲਸਾ ਦਲ ਉਹਨਾਂ ਵੱਲੋਂ ਬਣਾਇਆ ਗਿਆ ਐਂਡ ਹੋਰ ਵੀ ਕਈ ਤਰੀਕਿਆਂ ਨਾਲ ਇੰਟਰਫੇਰੈਂਸ ਮਾਸਟਰ ਗੁਰਬੰਤਾ ਸਿੰਘ ਵੱਲੋਂ ਆਧ ਧਰਮ ਜਿਹੜਾ ਜਿਹੜਾ ਡੇਰੇ ਬਣੇ ਨੇ ਉਹਨਾਂ ਨੂੰ ਪੈਟਰੋਨੇਜ ਦਿੱਤੀ ਗਈ। ਅਕਾਲੀ ਦਲ ਵੱਲੋਂ ਕਈ ਸੰਤਾਂ ਨੂੰ ਕਈ ਸੰਤ ਸਮਾਜ ਦੇ ਲੋਕਾਂ ਨੂੰ ਟਿਕਟਾਂ ਦੇ ਕੇ ਇੱਕ ਫਰਦਰ ਕੁਝ ਪਾਰਟਿਕੂਲਰ ਸੰਪਰਦਾਨ ਨੂੰ ਖੁਸ਼ ਕਰਨ ਵਾਲੀ ਟੈਕਨੀਕ અપનાਈ ਗਈ। ਗਿਆਨੀ ਜੈਲ ਸਿੰਘ ਗਿਆਨੀ ਜੈਲ ਸਿੰਘ ਦੀ ਬਹੁਤ ਵੱਡੀ ਭੂਮਿਕਾ ਸੀ। ਗਿਆਨੀ ਜੈਲ ਸਿੰਘ ਦੀ ਜਿਹੜੀ ਦਮਦਮੀ ਟਕਸਾਲ ਨਾਲ ਨੇੜਤਾ ਸੀ ਪੈਟਰੋਨੇਜ ਸੀਗੀ। ਜਨੈਲ ਸਿੰਘ ਪਿੰਡਰਾਲਿਆਂ ਦੇ ਨਾਲ ਇੱਕ ਇੱਕ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਹ ਕਾਂਗਰਸ ਵੱਲੋਂ ਸੰਜਨੈਲ ਸਿੰਘ ਪਿੰਡਰਾਲੇ ਖੜੇ ਕੀਤੇ ਗਏ ਸੀ ਪਰ ਇਸ ਚੀਜ਼ ਤੇ ਮੈਂ ਕੋਈ ਪੁਖਤਾ ਸਬੂਤਾਂ ਨਾਲ ਨਹੀਂ ਕਹਿ ਸਕਦੀ ਹੈ ਕਿਉਂ ਨਾ ਹੀ ਸੰਜਨੈਲ ਸਿੰਘ ਪਿੰਡਰਾਲਿਆਂ ਦੀ ਕੋਈ ਐਦਾਂ ਦੀ ਚੀਜ਼ ਜੇ ਉਹਨਾਂ ਦੀਆਂ ਸਪੀਚਾਂ 'ਚੋਂ ਸੁਣਨ ਨੂੰ ਮਿਲਦਾ ਇੱਕ ਇੱਥੇ ਮੈਂ ਜੋ ਚੀਜ਼ ਨੂੰ ਤੱਥਾਂ ਦੇ ਨਾਲ ਕਹਿ ਸਕਦੀ ਆ ਉਹ ਹੈ ਕਿ ਇੱਕ ਵਾਰੀ ਜ਼ਰੂਰ ਸਟੇਜ ਸ਼ੇਅਰ ਕੀਤੀ ਗਈ ਸੀ ਜਿਆਨੀ ਜੈਲ ਸਿੰਘ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਦਰਾ ਗਾਂਧੀ ਐਂਡ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਜੋ ਸੰਜਨੈਲ ਸਿੰਘ ਪਿੰਡਰਾਲਿਆਂ ਤੋਂ ਪਹਿਲੇ ਮੁਖੀ ਸਨ ਸਾਲ 1975 ਰਾਮਲੀਲਾ ਮੈਦਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ 300 ਸਾਲਾਂ 30ਵੀਂ ਸ਼ਤਾਬਦੀ ਉਹਨਾਂ ਦੀ ਜਿਹੜਾ ਉਹ ਪ੍ਰੋਗਰਾਮ ਮਨਾਇਆ ਗਿਆ ਸੀ ਤਾਂ ਉੱਥੇ ਪਹਿਲੀ ਵਾਰ ਇਹ ਵੀ ਪੜਨ ਨੂੰ ਆਇਆ ਕਿ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਪਹਿਲੀ ਵਾਰ ਵੇਖਿਆ ਕਿ ਦਮਦਮੀ ਟਕਸਾਲ ਇੱਕ ਜੋ ਇੱਕ ਸਿੱਖ ਸੰਪਰਦਾਇਆ ਉਹਦੇ ਵਿੱਚ ਕਿੰਨੀ ਤਾਕਤ ਆ ਬਿਕੋਜ਼ ਉਹ ਲੋਕਾਂ ਦਾ ਇਕੱਠ ਵੱਲੋਂ ਜੋ ਜੋ ਸ਼ਰਧਾ ਦਮਦਮੀ ਟਕਸਾਲ ਮੁਖੀ ਨੂੰ ਦਿੱਤੀ ਗਈ ਹੈ ਸੰਤ ਪਿੰਡ ਵਾਲਿਆਂ ਦੇ ਨਾਲ ਗਿਆਨੀ ਜੈਲ ਸਿੰਘ ਦਾ ਕੀ ਯੂ ਨੋ ਰਿਲੇਸ਼ਨ ਸੀ ਉਹਦੇ ਬਾਰੇ ਆਪਾਂ ਇੱਕ ਪਾਰਟਿਕੂਲਰ ਵੀਡੀਓ ਦੇ ਵਿੱਚ ਗੱਲ ਕਰ ਸਕਦੇ ਹਾਂ ਜਿਹੜੀ ਜਦੋਂ ਆਪਾਂ ਨੂੰ ਰੀਅਲ ਤੱਥ ਜਿਹੜੇ ਆ ਉਹ ਸਾਹਮਣੇ ਆਉਣਗੇ ਜਾਂ ਜਦੋਂ ਮੈਂ ਇਕੱਠੇ ਕਰ ਪਾਈ ਤਾਂ ਉਹਦੇ ਤੇ ਆਪਾਂ ਇੱਕ ਵੀਡੀਓ ਅਲੱਗ ਕਰਾਂਗੇ ਗਿਆਨੀ ਜੈਲ ਸਿੰਘ ਦੀ ਜਿਹੜੇ ਰਿਲੇਸ਼ਨਸ਼ਿਪ ਆ ਦਲ ਖਾਲਸਾ ਦੇ ਨਾਲ ਵੀ ਕਹੇ ਜਾਂਦੇ ਨੇ ਉਹ ਵੀ ਮੇਰੇ ਸਾਹਮਣੇ ਕਈ ਵਾਰੀ ਇਹ ਚੀਜ਼ ਆਈ ਆ ਤੁਸੀਂ ਵੀ ਇਸ ਤੋਂ ਜਾਣੂ ਹੋਵੋਗੇ ਕਿ ਕਿਹਾ ਜਾਂਦਾ ਕਿ ਦਲ ਖਾਲਸਾ ਦੀ ਸਥਾਪਨਾ ਦੇ ਵਿੱਚ ਵੀ ਗਿਆਨੀ ਜੈਲ ਸਿੰਘ ਦੀ ਭੂਮਿਕਾ ਰਹੀ ਹੈ ਉਹ ਚੀਜ਼ਾਂ ਵੀ ਫਰਦਰ ਵੀਡੀਓਜ਼ ਦਾ ਇੱਕ ਮਸਲਾ ਆ ਬਟ ਇਹ ਪੰਜਾਬ ਦੇ ਵਿੱਚ ਜਿੰਨੇ ਡੇਰਾਵਾਦ ਆ ਜਿਹੜੇ ਪੁਰਾਣੇ ਨੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਿਸਟੋਰੀਕਲ ਪਰਸਪੈਕਟਿਵ ਤੋਂ ਵੀ ਕਿਤੇ ਨਾ ਕਿਤੇ ਸਿਆਸੀ ਸਰਪ੍ਰਸਤੀ ਜਿਹੜੀ ਆ ਉਹ ਸਾਫ਼ ਨਜ਼ਰ ਆਉਂਦੀ ਹੈ ਇਸੇ ਤਰ੍ਹਾਂ ਜਿਹੜੀਆਂ ਹਿੰਦੂਤਵੀ ਆਰਗੇਨਾਈਜੇਸ਼ਨਸ ਦੇ ਚਲਾਏ ਹੋਏ ਸੈਕਟ ਆ ਪੰਜਾਬ ਦੇ ਵਿੱਚ ਜਾਂ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਪਿੱਛੇ ਵੀ ਇੱਕ ਸੰਤ ਸਮਾਜ ਜਿਹੜਾ ਉਹ ਆਪਾਂ ਨੂੰ ਨਜ਼ਰ ਆਉਂਦਾ ਔਰ ਕਈ ਵਾਰੀ ਟਾਰਗੇਟਡ ਕਿਲਿੰਗਸ ਅਗਰ ਆਪਾਂ 15 16 17 18 ਦੀ ਲੈ ਲਈਏ ਤਾਂ ਜਿਹੜੀਆਂ ਟਾਰਗੇਟਡ ਕਿਲਿੰਗਸ ਹੋਈਆਂ ਆ ਉਹ ਵੀ ਸੰਤ ਸਮਾਜ ਹਿੰਦੂ ਸੰਤ ਸਮਾਜ ਨਾਲ ਰਿਲੇਟਡ ਡੇਰਾਵਾਡ ਡੇਰਿਆਂ ਦੇ ਮੁਖੀਆਂ ਦੇ ਨਾਲ ਰਿਲੇਟਡ ਜਿਹੜੇ ਲੋਕ ਸੀਗੇ ਜਾਂ ਕੈਂਟੀਨਾਂ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਟਾਰਗੇਟ ਕੀਤਾ ਗਿਆ ਸੋ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਕਿ ਇਹ ਡੇਰਾਵਾਡ ਔਰ ਡੇਰਾਵਾਡ ਦੇ ਨਾਲ ਜਿਹੜੀ ਸਿਆਸੀ ਸਰਪ੍ਰਸਤੀ ਹੈ ਐਵੇਂ ਲੱਗਦਾ ਹੈ ਕਿ ਇੱਕ ਇੱਕ ਫਿਲਹਾਲ ਸ਼ਾਂਤ ਪਿਆ ਵੋਲਕੇਨੋ ਆ ਕਿਸੇ ਵੀ ਟਾਈਮ ਫਟ ਸਕਦਾ ਉਦਾਂ ਦੀਆਂ ਜਿਹੜੀਆਂ ਚੀਜ਼ਾਂ ਕਈ ਵਾਰੀ ਸਾਹਮਣੇ ਆਉਂਦੀਆਂ ਜਦੋਂ ਵੀ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਨੇ ਜਾਂ ਪੂਰੇ ਭਾਰਤ ਦੀਆਂ ਜਿਹੜੀਆਂ ਪਾਰਲੀਮੈਂਟਰੀ ਚੋਣਾਂ ਹੁੰਦੀਆਂ ਨੇ ਉਸ ਸਮੇਂ ਡੇਰਿਆਂ ਦੀ ਭੂਮਿਕਾ ਡੇਰਿਆਂ ਦੀ ਕੀਮਤ ਜਿਹੜੀ ਆ ਬਹੁਤ ਜ਼ਿਆਦਾ ਵਧੇ ਜਾਂਦੀ ਆ 2022 ਪੰਜਾਬ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਦੋ ਇਵੈਂਟਸ ਆ ਆਪਣੇ ਸਾਹਮਣੇ ਜੋ ਆਪਾਂ ਦੇਖੀਆਂ ਨੇ ਕਿ ਰੇਪਿਸਟ ਬਾਬਾ ਸਿਰਸੇ ਵਾਲੇ ਡੇਰੀ ਵਾਲਾ ਬਾਬਾ ਜਿਹੜਾ ਰੇਪ ਦੇ ਦੋਸ਼ ਦੇ ਅੰਦਰ ਦੋਸ਼ ਹੀ ਨਹੀਂ ਉਹਦੇ ਜ਼ੁਲਮ ਸਾਬਿਤ ਹੋ ਚੁੱਕੇ ਨੇ ਉਹਦੀ ਸਜ਼ਾ ਪੂਕਤ ਰਿਹਾ ਆ ਉਸ ਬਾਬੇ ਨੂੰ ਪੇਰੋਲਾਂ ਫਰਲੋਜ਼ ਮਿਲੀਆਂ ਔਰ ਉਹ ਬਾਹਰ ਆ ਕੇ ਕੁੰਦਾ ਰਿਹਾ ਔਰ ਉਹ ਕਹਿੰਦੇ ਤੇ ਇਹੀ ਨੇ ਕਿ ਸਾਡੇ ਵੱਲੋਂ ਕੋਈ ਵੀ ਸਪੋਰਟ ਕਿਸੇ ਨੂੰ ਦੇਣ ਦੇ ਲਈ ਆਪਣੇ ਸੰਗਤ ਨੂੰ ਕਿਹਾ ਨਹੀਂ ਜਾਂਦਾ ਪਰ ਇਹ ਉਹ ਡੇਰਾ ਹੈ ਜਿਹਦੇ ਅੰਦਰ ਪੋਲਿਟੀਕਲ ਅਫੇਅਰ ਵਿੰਗ ਵੀ ਬਣਿਆ ਹੋਇਆ ਹੈ ਰਾਧਾ ਸੁਆਮੀ ਡੇਰਾ ਬਿਆਸ ਦੇ ਨਾਲ ਜਿਹੜੇ ਉਹਨਾਂ ਦੇ ਮੁਖੀ ਆ ਉਹਨਾਂ ਦੀਆਂ ਤਸਵੀਰਾਂ ਫ੍ਰॉम ਪ੍ਰਾਈਮ ਮਿਨਿਸਟਰ ਮੋਦੀ ਫ੍ਰॉम ਚਰਨਜੀਤ ਸਿੰਘ ਚੰਨੀ ਜਿਹੜੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀ ਸਭ ਦੇ ਨਾਲ ਦੇਖੀਆਂ ਜਾ ਸਕਦੀਆਂ ਨੇ ਨਾਟ ਓਨਲੀ ਥੀਸ ਟੂ ਇਨਸੀਡੈਂਟਸ ਇਸ ਤੋਂ ਇਲਾਵਾ ਵੀ ਬਹੁਤ ਤਸਵੀਰਾਂ ਇੱਥੇ ਇਹ ਨੇ ਜਿਹੜੀਆਂ ਆਪਣੇ ਸਿਆਸੀ ਲੀਡਰਾਂ ਦੀ ਜਿਹੜੀ ਸਾਝ ਆ ਉਹ ਆਪਾਂ ਨੂੰ ਦਿਖਾਉਂਦੀਆਂ ਨੇ ਕਿ ਇਹਨਾਂ ਲੀਡਰਾਂ ਦੇ ਨਾਲ ਕਿਵੇਂ ਨੇ ਨੂਰਮੈਲ ਦੇ ਡੇਰੇ ਦੇ ਵਿੱਚ ਬੈਠਿਆ ਹੋਇਆ ਬਾਦਲ ਪਰਿਵਾਰ ਦਾ ਜੀ ਜਿਹੜੇ ਨੇ ਉਹ ਵੀ ਆਪਾਂ ਨੂੰ ਨਜ਼ਰ ਆਉਂਦੇ ਨੇ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਜੀ ਕੋਈ ਬਾਬਾ ਹੋਏਗਾ ਜਿੱਥੇ ਨਵਜੋਤ ਸਿੰਘ ਸਿੱਧੂ ਜੀ ਦੀ ਤਸਵੀਰ ਜਿਨ੍ਹਾਂ ਦੇ ਨਾਲ ਆਪਾਂ ਨੂੰ ਨਜ਼ਰ ਨਹੀਂ ਆਏਗੀ ਰਾਹੁਲ ਗਾਂਧੀ ਇੰਦਰਾ ਗਾਂਧੀ ਐਂਡ ਹੋਰ ਬਹੁਤ ਸਾਰੇ ਲੀਡਰ ਲੋਕਲ ਪੱਧਰ ਤੇ ਵੀ ਜ਼ਿਲ੍ਹਾ ਡਿਸਟ੍ਰਿਕਟ ਪੱਧਰ ਤੇ ਵੀ ਆਪਾਂ ਦੇਖ ਸਕਦੇ ਹਾਂ ਡੇਰਿਆਂ ਦੇ ਵਿੱਚ ਜਾਂਦੇ ਹੋਏ ਅਕਾਲੀ ਲੀਡਰਸ਼ਿਪ ਦੀਆਂ ਵੀ ਕਈ ਤਸਵੀਰਾਂ ਇੱਥੇ ਹੋਰ ਵੀ ਦਿਖਾਈਆਂ ਜਾ ਸਕਦੀਆਂ ਨੇ ਜਿੱਥੇ ਉਹ ਆਮ ਡੇਰਿਆਂ ਦੇ ਵਿੱਚ ਵੋਟਾਂ ਦੇ ਦੌਰਾਨ ਜਾਂਦੇ ਨੇ ਔਰ ਉਹ ਕਹਿੰਦੇ ਨੇ ਸਾਡੀ ਮਜਬੂਰੀ ਹੈ ਬਿਕਾਜ਼ ਆਫ ਫੋਰਮਿਡੇਬਲ ਵੋਟ ਬੈਂਕ ਜਿਹੜਾ ਡੇਰਿਆਂ ਦੇ ਵਿੱਚ ਕੰਸੋਲੀਡੇਟਡ ਹੈ ਉਹਨੂੰ ਅੱਖੋ ਪਰੋਖੇ ਕਰ ਨਹੀਂ ਸਕਦੇ ਪੋਲੀਟੀਸ਼ੀਅਨਸ ਕਿਉਂਕਿ ਇਲੈਕਸ਼ਨਸ ਤੇ ਬਹੁਤ ਵੱਡਾ ਖਰਚਾ ਕੀਤਾ ਜਾਂਦਾ ਤੇ ਇੱਕ ਜਗ੍ਹਾ ਤੇ ਪਿੰਡ-ਪਿੰਡ ਜਾਣ ਨਾਲੋਂ ਇੱਕ ਜਗ੍ਹਾ ਤੇ ਹੀ ਐਡਾ ਵੱਡਾ ਇਕੱਠ ਲੋਕਾਂ ਦਾ ਮਿਲ ਜਾਏ ਹੋਰ ਕੀ ਚਾਹੀਦਾ ਕਿਉਂਕਿ ਜਿਹੜਾ ਡੇਰੇ ਵੀ ਨੇ ਡੇਰੇ ਉਦੋਂ ਇਸਟੈਬਲਿਸ਼ ਹੁੰਦੇ ਨੇ ਜਦੋਂ ਉਸ ਡੇਰੇ ਦੇ ਵਿੱਚ ਕੋਈ ਪੋਲਿਟਿਕਲ ਲੀਡਰ ਆ ਵੜਦਾ ਹੈ ਜਦੋਂ ਕੋਈ ਪਲੀਟਰ ਪੋਲਿਟਿਕਲ ਲੀਡਰ ਕਿਸੇ ਵੀ ਆਪਣੀ ਕਪੈਸਿਟੀ ਦੇ ਵਿੱਚ ਪਰਸਨਲ ਕਪੈਸਿਟੀ ਦੇ ਵਿੱਚ ਜਾਂ ਆਪਣਾ ਪੂਰਾ ਲਾਣਾ ਬਾਣਾ ਲੈ ਕੇ ਉਹ ਉਹ ਵੀਆਈਪੀ ਗੱਡੀਆਂ ਐਂਡ ਵੀਆਈਪੀ ਸਿਕਿਉਰਿਟੀ ਐਂਡ ਲਾਲ ਬੱਤੀ ਵਾਲੀਆਂ ਗੱਡੀਆਂ ਲੈ ਕੇ ਆ ਵੜਦਾ ਤਾਂ ਇੱਕ ਬਹੁਤ ਵੱਡੀ ਉਸ ਡੇਰੇ ਦੀ ਇੱਕ ਇੱਕ ਇਸਟੈਬਲਿਸ਼ਡ ਡੇਰਾ ਉਹਨੂੰ ਮੰਨਿਆ ਜਾ ਸਕਦਾ ਔਰ ਸੰਗਤਾਂ ਦੇ ਵਿੱਚ ਬੜੇ ਤਰ੍ਹਾਂ ਦੇ ਭਰਮ ਜਿਹੜੇ ਆ ਉਹ ਅੱਗੇ ਪੈਦਾ ਹੁੰਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਵੀ ਜੋ ਅਕਾਲ ਤਖਤ ਦੀ ਜਿਹੜੀ ਉਸਾਰੀ ਸੀ ਉਹ ਵੀ ਇੱਕ ਕਾਰ ਸੇਵਾ ਕਿਸੇ ਬਾਬੇ ਨੂੰ ਦੇ ਦਿੱਤੀ ਗਈ ਸੀਗੀ ਔਰ ਉਹਦੇ ਵਿੱਚ ਵੀ ਫਿਰ ਢਾ ਕੇ ਦੁਬਾਰਾ ਬਣਾਉਣਾ ਪਿਆ ਸੀ ਸੋ ਇਹ ਵੀ ਇੱਕ ਬਹੁਤ ਵੱਡੀ ਐਗਜ਼ੈਂਪਲ ਹੈ ਅਗਰ ਆਪਾਂ ਅੱਜ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੇਖ ਲਈਏ ਤਾਂ ਉਹਨਾਂ ਦੀਆਂ ਵੀ ਕਈ ਮੀਟਿੰਗਸ ਜਿਹੜੀਆਂ ਨੇ ਸੰਤ ਸਮਾਜ ਸੋ ਕਾਲਡ ਸੰਤ ਸਮਾਜ ਦੇ ਨਾਲ ਦੇਖਣ ਨੂੰ ਮਿਲਦੀਆਂ ਨੇ ਔਰ ਉਹ ਤਸਵੀਰਾਂ ਜਿਹੜੀਆਂ ਨੇ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਹੁਣ ਉਹ ਬਾਬਿਆਂ ਦੀ ਚੁਆਇਸ ਵੀ ਕਿਹੜੇ ਬਿਹਾਫ ਤੇ ਹੁੰਦੀ ਹੈ ਕਿਹਨਾਂ ਨਾਲ ਮੀਟਿੰਗ ਕਰਨੀ ਹੈ ਉਹ ਕ੍ਰਾਈਟੇਰੀਆ ਮੇਰੇ ਕੋਲ ਕੋਈ ਤੱਤ ਨਹੀਂ ਹੈਗੇ ਪਰ ਇੱਕ ਚੀਜ਼ ਹੈ ਕਿ ਜਿਨ੍ਹਾਂ ਦੇ ਇਨਫਲੂਐਂਸ ਹੋਰ ਜਿਨ੍ਹਾਂ ਦੇ ਵਿਚਾਰਤਾਰਾ ਸੂਟ ਕਰਦੀ ਆ ਉੱਥੇ ਪੋਲਿਟੀਕਲ ਲੋਕ ਜਿਹੜੇ ਆ ਉਹ ਆਪਣੀ ਸਰਪ੍ਰਸਤੀ ਦਿੰਦੇ ਨੇ ਨਾਲ ਦੀ ਨਾਲ ਇਕਨੋਮਿਕ ਜਿਹੜੇ ਜਿਹੜੇ ਰਿਸੋਰਸਸ ਵੀ ਪ੍ਰੋਵਾਈਡ ਕਰਵਾਉਣੇ ਹੋਣ ਉਹ ਕਰਵਾਉਂਦੇ ਨੇ ਜਿਵੇਂ ਕਿ ਚਰਨਜੀਤ ਸਿੰਘ ਚੰਨੀ ਸੀਐਮ ਬਣੇ ਸੀ ਤਾਂ ਉਹਨਾਂ ਨੇ ਐਲਾਨ ਕੀਤਾ ਸੀ ਉਹ ਡੇਰਾ ਬੱਲਾ ਵੀ ਗਏ ਉਹ ਉਹਨਾਂ ਦੇ ਨਾਲ ਮੁਲਾਕਾਤ ਰਾਧਾ ਸੁਆਮੀ ਮੁਖੀ ਵੱਲੋਂ ਵੀ ਕੀਤੀ ਗਈ ਔਰ ਡੇਰਾ ਬੱਲਾ ਜਾ ਕੇ ਉਹਨਾਂ ਨੇ ਇੱਕ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਕੁਝ ਕਰੋੜ ਦਾ 50 ਕਰੋੜਿਆ ਸਮਥਿੰਗ ਦੈਟ ਦਾ ਕੋਈ ਪਾਰਟਿਕੂਲਰ ਸੈਂਟਰ ਜਿਹੜਾ ਉਹ ਇੱਕ ਪਾਈਚਾਰੇ ਲਈ ਖਾਸ ਜਿਹੜਾ ਅਧਿਆਤਮਿਕ ਸੈਂਟਰ ਆ ਉਹ ਡਵੈਲਪ ਕੀਤਾ ਜਾਏਗਾ। ਡੇਰਿਆਂ ਤੇ ਬਹੁਤ ਤਰ੍ਹਾਂ ਦੇ ਇਲਜ਼ਾਮ ਆਉਂਦੇ ਨੇ ਕਿ ਜ਼ਮੀਨਾਂ ਕਬਜ਼ਾਈਆਂ ਹੋਈਆਂ ਨੇ, ਬਲੈਕ ਮਨੀ ਹੈ ਇਹਨਾਂ ਦੇ ਕੋਲ। ਟੈਕਸ ਬਚਾਉਣ ਦੇ ਕਈ ਤਰ੍ਹਾਂ ਦੇ ਟੰਗ ਨੇ, ਕਈ ਤਰ੍ਹਾਂ ਦੀਆਂ ਨੋਵਲਟੀ ਵਾਲੀਆਂ, ਬੈਨੋਵਲੈਂਸ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਕਰਦੇ ਨੇ ਜਿੱਚ ਫ੍ਰੀ ਕੁੜੀਆਂ ਨੂੰ ਵਿੱਦਿਆ ਦੇਣੀ ਹੈ ਇਹਨੂੰ ਵਗੈਰਾ-ਵਗੈਰਾ। ਵਿਆਹ ਕੁੜੀਆਂ ਦੇ ਕਰਨੇ ਜਾਂ ਸਬਸਿਡਾਈਜ਼ਡ ਫੂਡ ਐਂਡ ਹਸਪੀਟਲ ਕੁਰੇ ਦਨੀਆ ਬਹੁਤ ਸਹੂਲਤਾਵਾਂ ਲੋਕਾਂ ਨੂੰ ਦਿੰਦੇ ਨੇ ਜਿੱਥੇ ਚੰਗੇ ਐਸਪੈਕਟ ਨੇ ਉੱਥੇ ਨਾਲ ਦੀ ਨਾਲ ਜਦੋਂ ਇੱਕ ਨੈਕਸਸ ਬਣਦਾ ਹੈ ਰਾਜਨੀਤਿਕ ਲੋਕਾਂ ਦਾ ਡੇਰੇ ਵਾਲੇ ਬਾਬਿਆਂ ਦਾ ਸੈਲਫ ਸਟਾਈਡ ਗੋਡਮੈਨਾਂ ਦਾ ਔਰ ਜਿਹੜੇ ਬਿਊਰੋਕ੍ਰੇਸੀ ਵੀ ਆ ਜਿਹੜੀ ਸਟੇਟ ਦੀ ਤਾਕਤ ਵੀ ਆ ਉਹ ਸਰਪ੍ਰਸਤੀ ਆ ਉਹ ਨੈਕਸਸ ਜਿਹੜਾ ਉਹ ਨੁਕਸਾਨਦਾਇਕ ਹਮੇਸ਼ਾ ਹੀ ਪੰਜਾਬ ਲਈ ਸਿੱਧ ਹੁੰਦਾ ਰਿਹਾ ਆ ਨਿਰੰਕਾਰੀ ਅਖੰਡ ਕੀਰਤਨੀ ਜੱਥੇ ਨ ਦਮਦਮੀ ਟਕਸਾਲ ਦਾ ਜਿਹੜਾ ਕਲੈਸ਼ ਸੀਗਾ ਉਹਦੀ ਐਗਜ਼ਾਮਪਲ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਲਈ ਸੀ ਉਹਦੇ ਵਿੱਚੋਂ ਵੀ ਬਾਅਦ ਵਿੱਚ ਜੋ ਉਸ ਸਮੇਂ ਦੀ ਸਰਕਾਰ ਸੀਗੀ ਉਹਦੇ ਉੱਤੇ ਬਹੁਤ ਗਹਿਰੇ ਜਿਹੜੇ ਸਵਾਲ ਸੀ ਉਹ ਉਠਾਏ ਗਏ ਸੀ ਕਿ ਸਰਕਾਰ ਵੱਲੋਂ ਸਟੇਟ ਵੱਲੋਂ ਵੀ ਔਰ ਸੈਂਟਰ ਵੱਲੋਂ ਵੀ ਨਿਰੰਕਾਰੀ ਜਿਹੜਾ ਜਿਹੜਾ ਉਹ ਉਸ ਸੈਕਟ ਸੀਗਾ ਉਹਨੂੰ ਕਿਵੇਂ ਪੈਟਰੋਨਿਸ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਗਈ ਹੈ ਕਿਵੇਂ ਐਸਕੇਪ ਰੂਟ ਵੀ ਪ੍ਰੋਵਾਈਡ ਕੀਤਾ ਗਿਆ ਜਾਬ ਦੇ ਵਿੱਚ ਸਮੇਂ-ਸਮੇਂ ਤੇ ਕਲੈਸ਼ ਜਿਹੜਾ ਬਿਟਵੀਨ ਦਾ ਡੇਰਾ ਆਏ ਨੇ ਔਰ ਜਿਹੜਾ ਰੀਸੈਂਟਲੀ ਕਲੈਸ਼ ਇੱਕ ਤਰ੍ਹਾਂ ਦਾ ਨਜ਼ਰ ਆਇਆ ਉਹ ਇੱਕ 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 ਜਿਹੜਾ ਰਾਧਾ ਸੁਆਮੀ ਦੇਰੇ ਦੇ ਕੁਝ ਜ਼ਮੀਨ ਐਂਡ ਕੁਝ ਗਉਆਂ ਵਾਲੇ ਬਾਬੇ ਜੋ ਨੇ ਹੰਗ ਸੰਪਰਦਾ ਉਹਨਾਂ ਦਾ ਇੱਕ ਕਲੈਸ਼ ਦੇਖਣ ਨੂੰ ਮਿਲਿਆ ਜਿੱਥੇ ਥੋੜੀ ਜੀ ਟੈਂਸਟ ਸਿਚੁਏਸ਼ਨ ਜਿਹੜੀ ਸੀ ਉਹ ਸਾਹਮਣੇ ਆਈ ਇਹ ਇਹੋ ਜਿਹੀਆਂ ਟੈਂਸਟ ਸਿਚੁਏਸ਼ਨ ਜਿਹੜੀਆਂ ਨੇ ਚਾਹੇ ਪੁਲਿਸ ਵੱਲੋਂ ਕੰਟਰੋਲ ਕਰ ਲੀਆਂ ਜਾਂਦੀਆਂ ਨੇ ਪਰ ਜਦੋਂ ਇਹ ਲਾਅ ਐਂਡ ਆਰਡਰ ਦੀਆਂ ਸੁਰਖੀਆਂ ਦੇ ਵਿੱਚ ਬਦਲਦੀਆਂ ਨੇ ਤਾਂ ਇੱਕ ਫੀਅਰ ਸਾਈਕੋਸਿਸ ਇੱਕ ਡਰ ਦੀ ਭਾਵਨਾ ਪੈਦਾ ਕਰਦੀਆਂ ਨੇ ਅਲਟੀਮੇਟਲੀ ਹੈ ਤਾਂ ਇੱਕ ਡੇਰੇ ਦੀ ਦੂਸਰੇ ਡੇਰੇ ਨਾਲ ਲੜਾਈ ਆ ਸੋ ਇਹ ਇਹ ਜਿਹੜੀ ਇਹਦੇ ਵਿੱਚ ਕਿਤੇ ਨਾ ਕਿਤੇ ਕਨਸਪਾਇਰੀ ਸੀ ਜਾਂ ਸਾਜ਼ਿਸ਼ ਵੀ ਨਜ਼ਰ ਆਉਂਦੀ ਹੈ ਇਹੋ ਜੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ 크੍ਰਿਸਚੀਅਨ ਡੇਰਾਵਾਦ ਆ 크੍ਰਿਸਚੀਅਨ ਡੇਰੇ ਬਣ ਰਹੇ ਨੇ ਉਹਨਾਂ ਦੇ ਖਿਲਾਫ ਵੀ ਇੱਕ ਜਿਹੜੀ ਹੋਰ ਜਿਹੜੀਆਂ ਕੱਟੜपंथी ਸੰਸਥਾਵਾਂ ਹੁੰਦੀਆਂ ਨੇ ਉਹ ਵੀ ਅਸਲ ਦੇ ਵਿੱਚ ਹੈ ਤਾਂ ਡੇਰੇ ਹੀ ਨਹੀਂ ਆਪਣੀਆਂ ਸੰਸਥਾਵਾਂ ਹੀ ਨੇ ਉਹੀ ਇੱਕ ਆਪਣੀ ਰੈਡੀਕਲ ਆਵਾਜ਼ ਜਦੋਂ ਚੱਕਦੇ ਨੇ ਤਾਂ ਉਹ ਵੀ ਕਦੋਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣ ਜਾਣ ਪਤਾ ਨਹੀਂ ਲੱਗਦਾ ਸੋ ਇਹ ਸੀ ਇੱਕ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕੀਤੀ ਕਿ ਆਪਣੇ ਕੋਲ ਇੱਕ ਇੱਕ ਤਰ੍ਹਾਂ ਦਾ ਰੀਕੈਪ ਲਿਆ ਕਿ ਕਿਵੇਂ ਇਹ ਡੇਰੇਆਂ ਨੂੰ ਸਿਆਸੀ ਸਰਪ੍ਰਸਤੀਆਂ ਮਿਲਦੀਆਂ ਰਹੀਆਂ ਆ ਔਰ ਇਹ ਜਿਹੜੇ ਡੇਰੇ ਆ ਇੱਕ ਔਨ ਦਾ ਵਨ ਹੈਂਡ ਆਪਾਂ ਕਹਿੰਗੇ ਕਿ ਸਹੀ ਕੰਮ ਲੋਕਾਂ ਦੇ ਲਈ ਜਿਹੜੇ ਲੋਕ ਉੱਥੇ ਜਾਂਦੇ ਨੇ ਉਹਨਾਂ ਦੇ ਲਈ ਸਹੀ ਉਹਨਾਂ ਦੇ ਫੇਥ ਦੇ ਲਈ ਸਹੀ ਹੋਏਗਾ ਔਰ ਦੂਸਰੇ ਪਾਸੇ ਕਿਵੇਂ ਇਹ ਜਦੋਂ ਡੇਰੇਆਂ ਦਾ ਨੈਕਸਸ ਬਣ ਜਾਂਦਾ ਵੱਡੀਆਂ ਅਥਾਰਟੀਆਂ ਨਾਲ ਸਟੇਟ ਦੇ ਨਾਲ ਬਿਊਰੋਕ੍ਰੇਸੀ ਦੇ ਨਾਲ ਤਾਂ ਕਿਵੇਂ ਇੱਕ ਡੋਰਮੈਂਟ ਵੋਲਕੇਨ ਉਹਦੀ ਸ਼ਕਲ ਦੇ ਵਿੱਚ ਹਮੇਸ਼ਾ ਹੀ ਥੱਲੇ ਰਿਸਦਾ ਰਹਿੰਦਾ ਉਹ ਚਿੰਗਿਆੜੀਆਂ ਛੱਡਦਾ ਕਦੀ ਕਦੀ ਔਰ ਉਹ ਚਿੰਗਿਆੜੀਆਂ ਜਿਹੜੀਆਂ ਨੇ ਉਹ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੀ ਪ੍ਰੋਗਰੈਸ ਦੇ ਰਾਹ ਦੇ ਵਿੱਚ ਰੋੜੇ ਬਣਦੀਆਂ ਨੇ ਸੋ ਏ ਸੀ ਡੇਰਾਵਾਦ ਆਈ ਹੋਪ ਇਹਦੇ ਵਿੱਚ ਕਈ ਚੀਜ਼ਾਂ ਕਈ ਵਿਚਾਰ ਤੁਹਾਡੇ ਹੋਣਗੇ ਐਡ ਕਰਨ ਵਾਲੇ ਉਹ ਤੁਸੀਂ ਜ਼ਰੂਰ ਐਡ ਕਰੋ ਐਂਡ ਲਾਸਟ ਕਲੈਰੀਫਿਕੇਸ਼ਨ ਮੇਰਾ ਕਿਸੇ ਵੀ ਡੇਰੇ ਨਾਲ ਜੁੜੇ ਹੋਏ ਲੋਕਾਂ ਦਾ ਜਾਂ ਕੋਈ ਵੀ ਵਿਸ਼ਵਾਸ ਜਾਂ ਫੇਥ ਰੱਖਣ ਵਾਲੇ ਲੋਕਾਂ ਨੂੰ ਹਰਟ ਕਰਨਾ ਰਿਲੀਜੀਅਸ ਹਰਟ ਕਰਨ ਵਾਲਾ ਟਾਰਗੇਟ ਨਹੀਂ ਸੀ ਇਹ ਟਾਰਗੇਟ ਸਿਰਫ ਇਹਨਾ ਸੀ ਕਿ ਇਹ ਇੱਕ ਵਰਤਾਰਾ ਵਾਪਰ ਰਿਹਾ ਅੱਜ ਦਾ ਨਹੀਂ ਹੈ ਬਹੁਤ ਪੁਰਾਣਾ ਆ ਉਸ ਵਰਤਾਰੇ ਨੂੰ ਸਮਝਣਾ ਰਿਪੋਰਟ ਕਰਨਾ ਤੁਹਾਡੇ ਅੱਗੇ ਰੱਖਣਾ ਬਹੁਤ ਜ਼ਰੂਰੀ ਆ ਔਰ ਇਸ ਵਰਤਾਰੇ ਨੂੰ ਕਿਤੇ ਨਾ ਕਿਤੇ ਇਹਦੇ ਪ੍ਰੋਸ ਐਂਡ ਕੋਨਸ ਕੋਨਸ ਦੇ ਵਿੱਚ ਨਾਪਣਾ ਉਹਨਾਂ ਦੋਨਾਂ ਨੂੰ ਸਮਝਣਾ ਵੀ ਆਪਣੇ ਲਈ ਆਪਣੇ ਫਿਊਚਰ ਦੇ ਲਈ ਪੰਜਾਬ ਦੇ ਫਿਊਚਰ ਦੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਇਹੋ ਜਿਹੇ ਘਟਨਾਵਾ ਪੰਜਾਬ 'ਚ ਵਾਪਰੀਆਂ ਨੇ ਡੇਰੇ ਸੱਚਾ ਸੌਦਾ ਵਾਲੇ ਨੇ ਇਹੋ ਜਿਹੇ ਘਟਨਾਵਾ ਕੀਤੀਆਂ ਜਿਹਦੇ ਨਾਲ ਅੱਜ ਵੀ ਪੰਜਾਬ ਦਾ ਸਮਾਜਿਕ ਐਂਡ ਜਿਹੜਾ ਪੋਲੀਟੀਕਲ ਦ੍ਰਿਸ਼ਿਆ ਉਹਨੂੰ ਬਦਲ ਕੇ ਰੱਖ ਦਿੱਤਾ ਸੋ ਇੱਕ ਡੇਰੇ ਦੇ ਕੋਲ ਐਡੀ ਵੱਡੀ ਤਾਕਤ ਜਾਣਾ ਜਿਹੜਾ ਆ ਉਹ ਆਪਣੀ ਡੈਮੋਕ੍ਰੇਸੀ ਦੇ ਲਈ ਔਰ ਭਾਈਚਾਰੀ ਦੇ ਲਈ ਬਹੁਤ ਵੱਡਾ ਖਤਰਾ ਹੈ ਥੈਂਕ ਯੂ ਸੋ ਮੱਚ ਫॉर ਵਾਚਿੰਗ